ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ ਅੱਜ ਇੱਕ ਨਵਾਂ ਚਰਚਾ ਲੈ ਕੇ। ਅੱਜ ਨਿਊਜ਼ਪੇਪਰ ਅਜੀਤ ਅਖਬਾਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇੱਕ ਬਿਆਨ ਦਿੱਤਾ ਕਿ ਗੋਰਾ ਗਿੱਲ ਦਾ ਹਲਕਾ ਭੁਲੱਥ ਵਿੱਚ ਕੋਈ ਵਜੂਦ ਨਹੀਂ, ਕੋਈ ਆਧਾਰ ਨਹੀਂ। ਅਤੇ ਮੈਂ ਖਹਿਰਾ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਹਲਕਾ ਭੁਲੱਥ ਦੇ ਲੋਕਾਂ ਨੇ ਦੱਸਣਾ ਵਾ ਕਿ ਕੀ ਆਧਾਰ ਆ ਕੀ ਨਹੀਂ ਆ। ਖਹਿਰਾ ਸਾਹਿਬ ਕੋਈ ਅਧਿਕਾਰ ਨਹੀਂ ਹੈਗਾ ਵੀ ਉਹ ਦੱਸਣ ਵੀ ਕਿਸੇ ਬਾਰੇ ਵੀ ਕਿ ਉਹਦਾ ਕੀ ਆਧਾਰ ਆ। ਆਧਾਰ ਲੋਕਾਂ ਨੇ ਦੱਸ ਦਿੱਤਾ ਪਿਛਲੀ ਦਿਨੀ। ਸੁਖਪਾਲ ਜੀ, ਤੁਹਾਡੇ ਸੱਜੇ ਖੱਬੇ ਉਹ ਪਰਿਵਾਰ ਜਿਹੜੇ ਦੋ ਦਹਾਕਿਆਂ ਤੋਂ ਤੁਹਾਡੇ ਨਾਲ ਜੁੜੇ ਸੀ, ਚਾਹੇ ਤੁਸੀਂ ਕਿਸੇ ਵੀ ਪਾਰਟੀ 'ਚ ਰਹੇ ਹੋ, ਚਾਹੇ ਤੁਸੀਂ ਅਕਾਲੀ ਦਲ, ਚਾਹੇ ਤੁਸੀਂ ਕਾਂਗਰਸ, ਚਾਹੇ ਤੁਸੀਂ ਆਪ 'ਚ ਚਲੇ ਗਏ ਹੋ, ਉਹਨਾਂ ਪਰਿਵਾਰਾਂ ਨੇ, ਉਹਨਾਂ ਸਪੋਰਟਰਾਂ ਨੇ ਤੁਹਾਡਾ ਸਾਥ ਨਹੀਂ ਛੱਡਿਆ। ਉਹ ਤੁਸੀਂ ਪਾਰਟੀਆਂ ਬਦਲਦੇ ਰਹੇ, ਉਹ ਤੁਹਾਡੇ ਮਗਰ ਹਾਂ ਦਾ ਨਾਰਾ ਮਾਰਦੇ ਰਹੇ। ਅੱਜ ਉਹਨਾਂ ਪਰਿਵਾਰਾਂ ਨੇ ਆਖਿਰ ਤੁਹਾਨੂੰ ਛੱਡਣ ਦਾ ਕਿਉਂ ਫੈਸਲਾ ਕੀਤਾ? ਇਹ ਚੀਜ਼ ਦਾ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਕਿ ਆਖਿਰ ਕਿਹੜੀ ਕਮੀ ਆ। ਤੁਸੀਂ ਹਲਕਾ ਭੁਲੱਥ ਦੇ ਲੋਕਾਂ ਦੇ ਅਖਬਾਰਾਂ ਵਿੱਚ ਰਹਿਣ ਦੀ ਬਜਾਏ ਜੇ ਕਦੇ ਹਲਕਾ ਭੁਲੱਥ ਦੇ ਲੋਕਾਂ ਦੇ ਦਿਲਾਂ ਵਿੱਚ ਰਹੋ, ਵਰਕਰਾਂ ਵਿੱਚ ਰਹੋ, ਤਾਂ ਫਿਰ ਸ਼ਾਇਦ ਇਹ ਲੋਕ ਤੁਹਾਨੂੰ ਛੱਡ ਕੇ ਨਾ ਜਾਂਦੇ। ਇਹ ਤੁਹਾਨੂੰ ਛੱਡਣ ਦਾ ਇੱਕੋ ਕਾਰਨ ਆ ਕਿ ਤੁਹਾਡਾ ਹੰਕਾਰ ਭਰਿਆ ਜਿਹੜਾ ਤਰੀਕਾ ਆ ਲੋਕਾਂ ਨਾਲ ਗੱਲ ਕਰਨ ਦਾ, ਵਰਕਰਾਂ ਨਾਲ, ਉਹ ਤੁਹਾਨੂੰ ਛੱਡਣ ਕੇ ਜਾਣ ਦਾ ਜਿਹੜਾ ਮੁੱਖ ਕਾਰਨ ਆ। ਦੂਜਾ ਕਾਰਨ ਆ ਕਿ ਤੁਹਾਨੂੰ ਤੁਸੀਂ ਬਿਆਨ ਦੇ ਕੇ ਇਹ ਗੱਲ ਕਲੀਅਰ ਕਰ ਲਈ ਕਿ ਤੁਹਾਡਾ ਸਿਰਫ MLA ਬਣਨ ਨਾਲ ਮਤਲਬ ਆ। ਛੋਟੀਆਂ ਇਲੈਕਸ਼ਨਾਂ, ਪੰਚਾਇਤੀ ਚੋਣਾਂ, ਬਲਾਕ ਸਮਤੀ ਕਮੇਟੀ ਚੋਣਾਂ ਦੇ ਵਿੱਚ ਜਿਹੜੇ ਤੁਹਾਡੇ ਵਰਕਰ ਆ, ਜਿਹੜੇ ਤੁਹਾਡੇ ਦੀ ਲੀਡਰ ਦੀਆਂ ਲੜਾਈਆਂ ਲੜਦੇ ਆ, ਉਹਨਾਂ ਦੀ ਲੜਾਈ ਲੜਨ ਨੂੰ ਤੁਸੀਂ ਤਿਆਰ ਨਹੀਂ। ਇਸ ਕਰਕੇ ਲੋਕ ਸਮਝ ਚੁੱਕੇ ਕਿ ਇਹਨਾਂ ਨੂੰ ਸਿਰਫ ਖਹਿਰਾ ਸਾਹਿਬ ਨੂੰ ਅਤੇ ਸਿਰਫ ਆਪਣੇ MLA ਨਾਲ ਬਣਨ ਦਾ ਮਤਲਬ ਆ। ਉਹ ਲੋਕ ਟੁੱਟਣ ਦਾ ਕਾਰਨ ਇਹ ਆ। ਇਹ ਚੀਜ਼ ਤੁਹਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੀ ਆ, ਦਿਮਾਗੀ ਤੌਰ ਦੇ ਉੱਤੇ ਤੁਹਾਨੂੰ, ਤੁਸੀਂ ਅਪਸੈਟ ਹੋ ਚੁੱਕੇ ਹੋ। ਅਤੇ ਮੈਨੂੰ ਲੱਗਦਾ ਆ ਕਿ ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਕਿ ਜਿਹੜਾ ਤੁਹਾਨੂੰ ਦੱਸੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਤੁਹਾਡੇ ਅੰਦਰ ਜਿਹੜੀ ਹਉਮੈ ਆ, ਹੰਕਾਰ ਆ, ਉਹਨੂੰ ਥੋੜ੍ਹਾ ਜਿਹਾ ਘਟਾਓ ਤਾਂ ਬਚਾਅ ਹੋ ਸਕਦਾ। ਨਹੀਂ ਤਾਂ ਹਲਕਾ ਭੁਲੱਥ ਦੇ ਲੋਕ ਇਹ ਫੈਸਲਾ ਕਰ ਚੁੱਕੇ ਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਾ ਆ। ਉਹਨਾਂ ਦਾ ਸ਼ਾਮਲ ਹੋਣ ਦਾ ਮੁੱਖ ਕਾਰਨ ਕਾਂਗਰਸ ਪਾਰਟੀ ਦੀਆਂ ਨੀਤੀਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੀ ਸੋਚ, ਜੋ ਉਹਨਾਂ ਸਟੈਂਡ ਲਏ ਪੰਜਾਬ ਦੇ ਲਈ, ਕਿਸਾਨਾਂ ਦੇ ਲਈ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਸਾਰਿਆਂ ਸਪੋਰਟਰਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ। ਜਿਹੜਾ ਤੁਸੀਂ ਵਿੱਚ ਸ਼ਬਦ ਕਿਹਾ ਕਿ ਡਰਾ ਧਮਕਾ ਕੇ ਕਿ ਗੋਰੇ ਦਾ ਜਿਹੜਾ ਗੋਰਾ ਇੱਕ ਅਪਰਾਧੀ ਰਹਿ ਚੁੱਕਾ ਆ, ਅਤੇ ਮਾਫ਼ ਕਰਨਾ ਖਹਿਰਾ ਸਾਹਿਬ, ਇਸ ਗੱਲ ਦਾ ਜਵਾਬ ਤੁਹਾਨੂੰ ਅਦਾਲਤ ਵਿੱਚ ਦੇਣਾ ਪਊਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲੀ ਭਾਜਪਾ ਸਰਕਾਰ ਦੌਰਾਨ ਤੁਹਾਡੇ 'ਤੇ ਤਰਪਾਲ ਚੋਰੀ ਦਾ ਪਰਚਾ ਦਰਜ ਹੋਇਆ ਸੀ, ਉਸੇ ਤਰ੍ਹਾਂ ਗੋਰੇ 'ਤੇ ਵੀ ਨਜਾਇਜ਼ ਪਰਚੇ ਦਰਜ ਹੋਏ ਸੀ, ਜਿਹੜੇ ਕਿ ਅਦਾਲਤ ਨੇ ਬਾਇੱਜ਼ਤ ਮੈਨੂੰ ਬਰੀ ਕੀਤਾ। ਤੁਹਾਡੇ ਕੋਈ ਅਧਿਕਾਰ ਨਹੀਂ ਕਿਸੇ ਨੂੰ ਅਪਰਾਧੀ ਕਹਿਣ ਦਾ। ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਦਾ ਅਦਾਲਤ ਵਿੱਚ ਤੁਹਾਨੂੰ ਜਵਾਬ ਦੇਣਾ ਪਊਗਾ। ਆਪਣੀਆਂ ਕਮੀਆਂ ਨੂੰ ਪਛਾਣੋ, ਆਪਣੇ ਹੰਕਾਰ ਨੂੰ ਪਛਾਣੋ, ਅਤੇ ਫਿਰ ਜਾ ਕੇ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਅੰਦਰੋਂ ਕਿ ਕਿਉਂ ਬੰਦੇ ਟੁੱਟ ਰਹੇ ਆ। ਤੁਸੀਂ ਕਹਿੰਦੇ ਹੋ ਕਿ ਗੋਰਾ ਡਰਾ ਧਮਕਾ ਕੇ
ਅਤੇ ਗੁੰਮਰਾਹ ਕਰਕੇ ਮੇਰੇ ਸਪੋਰਟਰਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕਰ ਰਿਹਾ। ਮਾਫ਼ ਕਰਨਾ, ਗੋਰਾ ਡਰਾ ਧਮਕਾ ਕੇ ਨਹੀਂ, ਗੋਰਾ ਪਿਆਰ ਨਾਲ ਕੰਮ ਕਰਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੱਸ ਕੇ, ਕਾਂਗਰਸ ਪਾਰਟੀ ਸੋਚ ਦੱਸ ਕੇ ਅਤੇ ਉਹਨਾਂ ਸਾਰੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਰਿਹਾ। ਅਤੇ ਇਹ ਆ ਸੱਚ, ਅਤੇ ਸੱਚ ਨੂੰ ਜਾਣੋ। ਅਤੇ ਜਿਹੜਾ ਤੁਹਾਡਾ ਇਹ ਬਖਲਾਹਟ ਦੇ ਵਿੱਚ ਦਿੱਤਾ ਬਿਆਨ ਆ ਨਾ, ਇਹ ਤੁਹਾਡਾ ਇੱਕ ਚੀਜ਼ ਦਰਸਾਉਂਦਾ ਕਿ ਤੁਸੀਂ ਇਕੱਲੇ ਰਹਿ ਗਏ ਹੋ। ਤਾਂ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਨਾ, ਤਾਂ ਫਿਰ ਉਹਨੂੰ ਡਰ ਸਤਾਉਂਦਾ ਵਾ। ਤਾਂ ਡਰ ਸਤਾ ਕੇ ਤੁਸੀਂ ਹੁਣ ਗੋਰਾ ਗੋਰਾ ਗੋਰਾ, ਹਜੇ ਤਾਂ ਮਹੀਨਾ ਹੀ ਇੱਕ ਹੋਇਆ ਵਾ, ਅਤੇ ਜਿੱਦਣ ਇੱਕ ਸਾਲ ਹੋ ਗਿਆ ਨਾ, ਉਦੋਂ ਗੋਰਾ ਤੁਹਾਡੇ ਰਾਤ ਨੂੰ ਸੁਪਨਿਆਂ 'ਚ ਵੀ ਆਊਗਾ। ਅਤੇ ਦੂਜੀ ਗੱਲ ਤੁਹਾਨੂੰ ਮੈਂ ਇੱਕ ਹੋਰ ਦੱਸ ਦੇਵਾਂ ਕਿ ਤੁਸੀਂ ਕਹਿੰਦੇ ਹੋ ਸੀ, ਮੈਂ ਸੀ ਨਹੀਂ ਹਾਂ, ਮੈਂ ਹਲਕਾ ਪਲੱਥ ਦੇ ਵਿੱਚ ਹੀ ਰਹੂੰਗਾ। ਹਲਕਾ ਪਲੱਥ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਸੇ ਤਰ੍ਹਾਂ ਹੀ ਕੰਮ ਕਰਦਾ ਰਹੂੰਗਾ ਅਤੇ ਕਾਂਗਰਸ ਪਾਰਟੀ ਆਉਣ ਵਾਲੇ ਸਮਾਂ ਜਿੱਤ ਹਾਸਿਲ ਕਰੂਗੀ। ਮੈਂ ਕਿਤੇ ਨਹੀਂ ਜਾਣ ਵਾਲਾ, ਚਿੰਤਾ ਨਾ ਕਰਿਓ, ਤੁਹਾਨੂੰ ਇੱਥੇ ਹੀ ਟੱਕਰੂੰਗਾ ਅਤੇ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਜਵਾਬ ਤੁਹਾਨੂੰ ਮੌਕੇ ਦੇ ਮੌਕੇ ਤੁਹਾਡੇ ਕੋਲ ਲਊਂਗਾ ਵੀ, ਅਤੇ ਜਿਹੜੀ ਗੱਲ ਤੁਸੀਂ ਕਰੋਗੇ ਉਹਦਾ ਦਊਂਗਾ ਵੀ। ਤੁਹਾਨੂੰ ਛੱਡ ਕੇ ਗਈਆਂ ਉਹ ਪਰਿਵਾਰ, ਸਰਦਾਰ ਮਨਜੀਤ ਸਿੰਘ ਭਗਵਾਨਪੁਰ ਮਨਜਿੰਦਰ ਹੋਣੀ, ਜਿਨ੍ਹਾਂ ਵੇਦ ਪ੍ਰਕਾਸ਼, ਸਰਦਾਰ ਰਿਸ਼ਪਾਲ ਸਿੰਘ ਬੱਚਾ ਜੀ ਵੀ, ਮਿੱਠੂ ਸੰਧੂ, ਪ੍ਰੀਤ ਚੀਮੇ ਉਹਨਾਂ ਦੇ ਭਰਾ, ਆਖਿਰ ਇੰਨੇ ਇਹ ਉਹ ਥੰਮ ਸੀ ਜਿਨ੍ਹਾਂ ਨੇ ਤੁਹਾਨੂੰ MLA ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਅਤੇ ਅੱਜ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ। ਅਤੇ ਤੁਹਾਨੂੰ ਤਾਂ ਇਹਨਾਂ ਲੋਕਾਂ ਦੇ ਪੈਰਾਂ 'ਚ ਜਾ ਕੇ ਡਿੱਗ ਜਾਣਾ ਚਾਹੀਦਾ। ਰਾਣਾ ਗੁਰਜੀਤ ਸਿੰਘ ਕਪੂਰਥਲੇ, ਤੁਸੀਂ ਜੈਲਸ ਤਾਂ ਕਰਦੇ ਹੋ ਰਾਣਾ ਗੁਰਜੀਤ ਸਿੰਘ ਤੋਂ ਕਿ ਹਾਂਜੀ ਜੀ, ਕਿ ਉਹਨਾਂ ਦੀਆਂ ਮੁੱਛਾਂ ਕਿਉਂ ਕੁੰਡੀਆਂ ਆ, ਉਹ ਸੋਹਣੇ ਕੱਪੜੇ ਕੋ ਪਾਉਂਦੇ ਆ, ਉਹਨਾਂ ਦੇ ਇੰਨੇ ਕਾਰਖਾਨੇ ਕੋ ਚੱਲਦੇ ਆ। ਉਹ ਕਾਰਖਾਨੇ ਤਾਂ ਚੱਲਦੇ ਕਿਉਂਕਿ ਉਹ ਕੰਮ ਕਰਦੇ ਆ, ਉਹਨਾਂ ਦੇ ਪਰਿਵਾਰ ਦੇ ਮੈਂਬਰ ਕੰਮ ਕਰਦੇ ਆ, ਵਿਹਲੀਆਂ ਨਹੀਂ ਖਾਂਦੇ। ਤੁਸੀਂ NRIਆਂ ਤੋਂ ਇਕੱਠੇ ਲਿਆ ਆਪਣਾ ਕਰ ਕੁਰ ਕੇ ਲਿਆ ਕੇ ਖਾਂਦੇ ਹੋ ਅਤੇ ਆਪੇ ਕਾਰਖਾਨੇ ਨਹੀਂ ਚੱਲਣੇ। ਅਤੇ ਜਿਹੜਾ ਰਾਣਾ ਗੁਰਜੀਤ ਸਿੰਘ ਕਪੂਰਥਲੇ ਦੇ ਹਲਕੇ ਦੇ ਲੋਕਾਂ ਨਾਲ, ਉਹਨਾਂ ਦੇ ਚਰਨਾਂ 'ਚ, ਉਹਨਾਂ ਦੇ ਦਿਲਾਂ 'ਚ ਰਹਿੰਦਾ, ਤਾਂ ਕਰਕੇ ਉਹ ਹਰ ਵਾਰੀ ਜਿਹੜਾ ਹੈਗਾ ਜਿੱਤ ਪ੍ਰਾਪਤ ਕਰਦਾ। ਤੁਸੀਂ ਤਾਂ ਜਿੱਤਣ ਵਾਸਤੇ ਦੇਖਿਆ ਵੀ ਪਾਰਟੀ ਦਾ ਪੱਲਾ ਕਿਹੜਾ ਫੜਾਂ, ਕਈ ਵਾਰੀ ਪਾਰਟੀ ਦੇ ਖਾਤਰ ਹਰਨਾ ਵੀ ਪੈਂਦਾ ਵਾ। ਤੁਹਾਡੇ ਅੰਦਰ ਹਾਰਨ ਦਾ ਡਰ ਇੰਨਾ ਜ਼ਿਆਦਾ ਸੀ, ਤੁਹਾਨੂੰ ਹਾਰ ਬਰਦਾਸ਼ਤ ਨਹੀਂ ਸੀ, ਤੁਸੀਂ ਚਾਹੁੰਦੇ ਸੀ ਹਾਂ ਵੀ ਇਹ NRIਆਂ ਦੀ ਜਿਹੜੀ ਆਮ ਆਦਮੀ ਦੀ ਬੈਲਟ ਆ, ਇਹ ਬਹੁਤ ਇਲਾਕਾ ਜਿਹੜਾ NRIਆਂ ਆਪਣੇ ਭੈਣ ਭਰਾਵਾਂ ਦਾ ਆ, ਉਹਦੇ ਕਰਕੇ ਤੁਸੀਂ ਮਾਰ ਕੇ ਛਾਲ MLA ਬਣ ਲਈ ਉੱਧਰ ਚਲੇ ਗਏ ਹੋ। ਤੁਹਾਡਾ ਕੋਈ ਧਰਮ ਨਹੀਂ ਗਾ, ਕਈ ਵਾਰੀ ਤੁਸੀਂ ਪਾਰਟੀਆਂ 'ਚ ਆਪਣਾ ਚੇਂਜ ਕਰ ਚੁੱਕੇ ਹੋ, ਲੋਕ ਸੱਚ ਜਾਣ ਚੁੱਕੇ ਆ, ਅਤੇ ਸੱਚ ਦਾ ਸਾਹਮਣਾ ਕਰੋ। ਕਾਂਗਰਸ ਪਾਰਟੀ ਕੋਲ ਇਹੋ ਜਿਹੇ ਮਜ਼ਬੂਤ ਧੜੱਲੇਦਾਰ ਵਰਕਰ ਨੇ ਜਿਨ੍ਹਾਂ ਦੀ ਬਦੌਲਤ ਅੱਜ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਆ। ਮੇਰੇ ਨਾਲ ਨੇ ਸਰਦਾਰ ਲਖਵਿੰਦਰ ਸਿੰਘ ਹਮੀਰਾ, ਬਲਾਕ ਪ੍ਰਧਾਨ, ਇੱਦਾਂ ਦੇ ਹੋਰ ਹਜ਼ਾਰਾਂ ਵਰਕਰ ਹੈਗੇ ਆ ਜਿਹੜੇ ਦਿਨ ਰਾਤ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਆ। ਆਉਣ ਵਾਲੇ ਸਮੇਂ 'ਚ ਤੁਹਾਨੂੰ ਚੋਣਾਂ 'ਚ ਜਵਾਬ ਮਿਲੇਗਾ। ਗੱਲਾਂ ਮੇਰੀਆਂ ਥੋੜ੍ਹੀਆਂ ਜਿਹੀਆਂ ਤਿੱਖੀਆਂ ਕੌੜੀਆਂ ਲੱਗਣੀਆਂ, ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਸੁਖਪਾਲ ਜੀ, ਜਿੰਨੀ ਰਫ਼ਤਾਰ ਦੇ ਨਾਲ ਤੁਸੀਂ ਇੱਕ ਆਪਾਂ ਦੀਵਾਰ ਦੇ ਵਿੱਚ ਬਾਲ ਮਾਰਦੇ ਹਾਂ, ਜਿਹੜੀ ਤੁਸੀਂ ਮੇਰੇ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਤੋਂ ਤੀਜੀ ਤੁਸੀਂ ਦੀਵਾਰ 'ਚ ਮਾਰੋਗੇ ਨਾ ਜਿਹੜੀ ਬਾਲ, ਉਹ ਉਸ ਤੋਂ ਜ਼ਿਆਦਾ ਸਪੀਡ ਨਾਲ ਵਾਪਸ ਆਊਗੀ। ਤੁਹਾਡਾ ਗਲਤ, ਤੁਸੀਂ ਚੰਗੀ ਤਰ੍ਹਾਂ ਹਜੇ ਮੇਰੇ ਬਾਰੇ ਪਤਾ ਕੀਤਾ ਨਹੀਂ ਗਾ, ਜੇ ਤਾਂ ਕੀਤਾ ਹੁੰਦਾ ਨਾ ਤਾਂ ਇੱਦਾਂ ਦਾ ਬਿਆਨ ਦਿੰਦੇ ਨਾ, ਅਤੇ ਅਦਾਲਤ ਦੇ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਅਤੇ ਬਾਕੀ ਕੋਈ ਗੱਲ ਨਹੀਂ, ਥੋੜ੍ਹੇ ਦਿਨਾਂ 'ਚ ਤੁਹਾਨੂੰ ਨੋਟਿਸ ਪਹੁੰਚੂਗਾ। ਅਤੇ ਬਾਕੀ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸੁਖਪਾਲ ਜੀ ਦਾ ਦਿਮਾਗੀ ਸਿਸਟਮ ਜਿਹੜਾ ਹੈਗਾ ਉਹ ਖਰਾਬ ਹੋ ਚੁੱਕਾ ਆ, ਇਸ ਕਰਕੇ ਉਹ ਪੁੱਠੇ ਸਿੱਧੇ ਜਿਹੇ ਬਿਆਨ ਜਿਹੜੇ ਹੈਗੇ ਦਿੰਦੇ ਪਏ ਵੀ ਲੋਕਾਂ ਨੂੰ ਦੱਸਣ ਵਾਸਤੇ ਕੀ ਹੈ, ਅਤੇ ਬਹੁਤ ਤਕੜਾ ਅਪਰਾਧੀ ਆ।
ਇੱਥੋਂ ਦੇ ਲੋਕ ਇੱਕ ਮਹੀਨੇ ਵਿੱਚ ਮਿਲ ਕੇ ਗੋਰੇ ਨਾਲ ਕੰਮ ਕਰਕੇ ਵਿਚਰ ਕੇ ਉਹਨੂੰ ਪਤਾ ਲੱਗ ਗਿਆ ਕਿ ਕਿੰਨਾ ਪਿਆਰ ਅਤੇ ਕਿੰਨਾ ਆਪਸ ਵਿੱਚ ਤਾਲਮੇਲ ਆ, ਅਤੇ ਤਾਂ ਲੋਕਾਂ ਨੇ ਜਿਹੜਾ ਹੈਗਾ ਪਾਰਟੀ ਛੱਡਣ ਦਾ ਫੈਸਲਾ ਕੀਤਾ। 40-40 ਸਾਲਾਂ, ਦੋ ਦੋ ਦਹਾਕਿਆਂ ਤੋਂ ਜਿਹੜੇ ਬੰਦੇ ਜੁੜੇ ਉਹ ਇੱਦਾਂ ਨਹੀਂ ਟੁੱਟ ਜਾਂਦੇ। ਜਾਂ ਇੱਕ ਮਹੀਨੇ 'ਚ ਟੁੱਟੇ ਆ ਤਾਂ ਉਹਦੇ ਪਿੱਛੇ ਕੋਈ ਕਾਰਨ ਹੋਊਗਾ, ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰੋ। ਫਤਿਹ ਸਾਂਝੀ ਕਰਦਾ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।